तरन तारण जिला के लोकसभा हल्का खडूर साहिब के बहुजन समाजवादी पार्टी के उम्मीदवार सतनाम सिंह ने डीसी दफ्तर में अपना नामांकन दाखिल किया। इस मौके पर उनके साथ सुखदेव सिंह, तरेशन थापड़ समेत कई नेता और कार्यकर्ता मौजूद रहे। वही नामांकन पत्र दाखिल करने के बाद सतनाम सिंह ने कहा कि पंजाब बीएसपी सभी 13 सीटों पर जीत हासिल करेगी और केंद्र में बैठी भारतीय जनता पार्टी की नरेंद्र मोदी को तीसरी बार सरकार में नहीं आने देंगे। तरनतारन से जसबीर सिंह की रिपोर्ट। आज असीं नामजदगी पत्र भरन जा रहे हैं जी, ਮੈਂਬਰ ਪਾਰਲੀਮੈਂਟ ਦੇ ਜੀ। ਕਿਹੜੇ ਮੁੱਖ ਮੁੱਦੇ ਜਿਹੜੇ ਤੁਸੀਂ ਲੈ ਕੇ ਜਾ ਰਹੇ? ਮੁੱਖ ਮੁੱਦੇ ਜੀ, ਪਹਿਲੇ ਮੁੱਦੇ ਤਾਂ ਬਹੁਤ ਹੈ ਜੀ ਸਾਡੇ ਸਮਾਜ ਦੇ। ਫਸਟ ਆਫ ਆਲ, ਜੇ ਮੈਂ ਨੌਜਵਾਨ ਹਾਂ, ਮੈਂ ਨੌਜਵਾਨਾਂ ਦੇ ਵਿੱਚ ਇਹ ਫੀਲ ਕਰਦਾ ਹਾਂ ਕਿ ਨੌਜਵਾਨ ਡਰ ਦੇ ਮਾਹੌਲ 'ਚ ਆ, ਕਿਉਂਕਿ ਉਹਨਾਂ ਨੂੰ ਜੇ ਪੜ੍ਹਾਈ ਵੀ ਕਰ ਲੈਂਦੇ ਆ ਤਾਂ ਉਹਨਾਂ ਤੋਂ ਕੋਈ ਆਪਸ਼ਨ ਨਹੀਂ ਹੈ, ਕਿਉਂਕਿ ਆਪਸ਼ਨ ਕਿਸ ਤਰ੍ਹਾਂ ਨਹੀਂ ਹੈ, ਜਾਂ ਤਾਂ ਫਿਰ ਉਹ ਬਾਹਰ ਚਲੇ ਜਾਂਦੇ ਆ, ਮਾਈਗ੍ਰੇਸ਼ਨ ਵੀ ਇੱਕ ਪ੍ਰੋਬਲਮ ਆ, ਅਤੇ ਜੇ ਉਹ ਇੱਧਰ ਰਹਿ ਜਾਂਦੇ ਆ ਤਾਂ ਉਹਨਾਂ ਨੂੰ ਉਹਨਾਂ ਦੀ ਬਣਦੀ ਐਜੂਕੇਸ਼ਨ ਦੇ ਹਿਸਾਬ ਨਾਲ ਨੌਕਰੀ ਨਹੀਂ ਮਿਲਦੀ। ਆਮ ਵੇਖਣ ਜਿਹੜੇ ਸਜ਼ਾ ਕੱਟ ਚੁੱਕੇ ਲੋਕ, ਉਹਨਾਂ ਬਾਰੇ ਕੀ ਦਾ ਲੱਗਿਆ ਜੀ? ਬੰਦੀ ਸਿੱਖਾਂ ਦਾ ਜਾਂ ਬੰਦੀ ਕਿਸੇ ਵੀ ਬੰਦੀ ਆ, ਕੋਈ ਜੇਲ੍ਹਾਂ ਦੇ ਵਿੱਚ ਡੱਕਿਆ ਆ, ਚਾਹੇ ਕਿਸੇ ਵੀ ਕਮਿਊਨਿਟੀ ਦਾ, ਚਾਹੇ ਬੰਦੀ ਸਿੱਖ ਆ, ਮੁਸਲਿਮ, ਈਸਾਈ, ਜੈਨੀ, ਬੋਧੀ, ਕੋਈ ਵੀ ਬੰਦਾ ਜੇ ਸਜ਼ਾ ਕੱਟ ਚੁੱਕਿਆ ਆ, ਤਾਂ ਮੈਂ ਇਹ ਮੁੱਦਾ ਪਹਿਲ ਦੇ ਆਧਾਰ 'ਤੇ ਸੰਸਦ ਦੇ ਵਿੱਚ ਉਠਾਵਾਂਗਾ ਕਿ ਜੋ ਕੋਈ ਵੀ ਬੰਦਾ ਜੇ ਕੋਈ ਸਜ਼ਾ ਕੱਟ ਲਈ ਆ, ਕਿਉਂਕਿ ਇਹ ਭਾਰਤੀ ਸੰਵਿਧਾਨ ਵੀ ਕਹਿੰਦਾ ਆ, ਇਹ ਕਾਨੂੰਨ ਵੀ ਕਹਿੰਦਾ ਵਾ ਕਿ ਜਿੰਨੀ ਕਿਸੇ ਨੇ ਸੰਖਿਆ ਜਿੰਨੀ ਕਿਸੇ ਨੇ ਸਜ਼ਾ ਕੱਟ ਲਈ ਆ, ਉਹ ਉਸਨੂੰ ਜੇਲ੍ਹ ਤੋਂ ਬਾਹਰ ਕੱਢਿਆ ਜਾਵੇ। ਇਹ ਭਾਰਤੀ ਕਾਨੂੰਨ ਵੀ ਕਹਿੰਦਾ, ਇਹ ਸੁਪਰੀਮ ਕੋਰਟ ਵੀ ਕਹਿੰਦਾ ਜੀ। ਵੇਖਣ ਜਾ ਬੇਰੁਜ਼ਗਾਰ ਜਿਹੜੇ ਨੌਜਵਾਨ ਦਿਨੋਂ ਦਿਨ ਵਧੀ ਜਾ ਰਹੇ, ਲੋਕ ਬਾਹਰ ਦਾ ਉਪਰਾਲਾ ਬਣਾ ਰਹੇ ਆ ਜੀ, ਕੋਈ ਇਸ ਬਾਰੇ ਕੋਈ ਠੋਸ? ਨਾਕਾਮੀਆਂ ਜੀ, ਸਰਕਾਰਾਂ ਦੀਆਂ ਨਾਕਾਮੀਆਂ ਆ, ਵਾਅਦੇ ਕਰਕੇ ਵੱਡੇ ਵੱਡੇ ਕਿ ਨੌਜਵਾਨ ਨੂੰ ਨੌਕਰੀ ਦਵਾਵਾਂਗੇ, ਰੁਜ਼ਗਾਰ ਦਵਾਵਾਂਗੇ, ਅੱਜ ਤੁਸੀਂ ਦੇਖ ਹੀ ਰਹੇ, ਸੱਚਾਈ ਕੌੜੀ ਸੱਚਾਈ ਇਹ ਆ ਵੀ ਹਰ ਨੌਜਵਾਨ ਆ ਜੋ ਉਹਨੂੰ ਬਣਦਾ ਉਹਦੀ ਐਜੂਕੇਸ਼ਨ ਦੇ ਹਿਸਾਬ ਨਾਲ ਹੱਕ ਆ, ਰੁਜ਼ਗਾਰ ਆ ਜਾਂ ਨੌਕਰੀ ਆ ਉਹ ਨਹੀਂ ਮਿਲ ਰਹੀ, ਅਤੇ ਉਹਨਾਂ ਦੇ ਵਿੱਚ ਨੌਜਵਾਨਾਂ ਦੇ ਵਿੱਚ ਡਰ ਦਾ ਮਾਹੌਲ ਆ, ਜਾਂ ਤਾਂ ਨੌਜਵਾਨ ਨਸ਼ਿਆਂ ਵੱਲ ਧਕੇਲ ਦਿੱਤੇ ਗਏ, ਅਤੇ ਜਾਂ ਫਿਰ ਬਾਹਰ ਮਾਈਗ੍ਰੇਸ਼ਨ ਕਰਕੇ ਉਹ ਉਹਨਾਂ ਦੀ ਕੋਈ ਵਾਅਦ ਨਹੀਂ ਪੁੱਛ ਰਿਹਾ, ਜਾਂ ਮਾਈਗ੍ਰੇਸ਼ਨ ਕਨੇਡਾ ਅਮਰੀਕਾ ਵੱਲ ਧਕੇਲ ਦਿੱਤੀ ਗਈ ਪਨੀਰੀ, ਅਤੇ ਜਾਂ ਜਿਹੜੀ ਪਨੀਰੀ ਆ ਸਾਡੀ ਨੌਜਵਾਨ ਪੀੜ੍ਹੀ ਉਹ ਕਿੱਧਰ ਧਕੇਲ ਦਿੱਤੀ? ਨਸ਼ਿਆਂ ਵੱਲ। ਇਸ ਸਵਾਲ, ਜਿਹੜੇ ਕਬੂਤਰਬਾਜ ਆ, ਟਰੈਵਲ ਏਜੰਟ ਬਣ ਕੇ ਲੋਕਾਂ ਨੂੰ ਧੜਾ ਧੜ ਠੱਗ ਰਹੇ ਆ ਜੀ ਜੀ, ਇਹਦਾ ਕੋਈ ਖਾਸ ਮੁੱਦਾ ਹੋਏਗਾ ਤੁਹਾਡੇ ਕੋਲ? ਜੀ ਜੀ, ਇਹ ਤਾਂ ਲਾਅ ਬਣਾਇਆ ਜਾਏਗਾ ਜੀ, ਲਾਅ ਜਿਹੜੇ ਆ ਜੀ ਇਹ ਕਬੂਤਰਬਾਜ ਨੂੰ ਲੈ ਕੇ ਬਹੁਤ ਇਹ ਸਖਤ ਕਾਨੂੰਨ ਬਣਾਇਆ ਜਾਵੇਗਾ। ਮੈਂ ਮੁੱਦਾ ਉਠਾਵਾਂਗਾ ਪਾਰਲੀਮੈਂਟ ਦੇ ਵਿੱਚ, ਲੋਕਾਂ ਨਾਲ ਜਾਂ ਧੋਖੇਧੜੀ ਹੋ ਰਹੀ ਆ ਏਜੰਟਾਂ ਦੇ ਥਰੂ, ਸਾਰੇ ਏਜੰਟ ਮਾੜੇ ਨਹੀਂ ਜੀ, ਇਹ ਕੁਛ ਏਜੰਟ ਬਹੁਤ 5-10% ਚੰਗੇ ਵੀ ਆ, ਪਰ ਲਗਭਗ ਜੇ ਇਸ ਇੰਡਸਟਰੀ 'ਚ ਵੇਖਿਆ ਜਾਵੇ ਤਾਂ ਧੋਖੇਧੜਿਆ ਜ਼ਿਆਦਾ ਹੋ ਰਹੀ ਲੋਕਾਂ ਨਾਲ, ਆਮ ਲੋਕਾਂ ਨਾਲ ਧੋਖੇਧੜੀ ਹੋ ਰਹੀ ਆ ਬਾਹਰ ਦੇ ਨਾਂ 'ਤੇ। ਆਮ ਤੌਰ 'ਤੇ ਜਿਹੜਾ ਤਰਨ ਤਾਰਨ ਜ਼ਿਲ੍ਹਾ ਮੰਨਿਆ ਗਿਆ ਬਾਰਡਰ ਏਰੀਏ, ਕਿਸਾਨਾਂ ਦੀ ਬਹੁਤ ਮੁਸ਼ਕਲਾਂ ਇਹਦੇ ਬਾਰੇ ਕਿਸ ਤਰ੍ਹਾਂ ਜੀ? ਆਮ ਤੌਰ 'ਤੇ ਜ਼ਿਲ੍ਹਾ ਤਰਨ ਤਾਰਨ ਦੇ ਜਿਹੜੇ ਭਾਰਤ ਪਾਸ ਕੰਡਿਆਲੀ ਤਾਰ ਦੇ ਨਾਲ ਜਿਹੜੇ ਕਿਸਾਨਾਂ ਦੇ ਖੇਤ ਲੱਗਦੇ ਆ ਜਾਂ ਕਾਰੋਬਾਰ ਆ, ਉਹਨਾਂ ਦੇ ਕਈ ਮੁਸ਼ਕਲਾਂ ਆ ਰਹੀਆਂ, ਸੈਂਟਰ 'ਚ ਉਠਾਈਆਂ ਜਾਣਗੀਆਂ। ਹਾਂਜੀ ਹਾਂਜੀ, ਜੇ ਇਹ ਵੀ ਮੁੱਦੇ ਆ ਜੀ, ਪੰਜਾਬ ਜਿਹੜੇ ਬਾਰਡਰ ਦੇ ਮੁੱਦੇ ਆ ਉਹ ਬਹੁਤ ਸੰਗੀਨ ਮੁੱਦੇ ਆ, ਇਹ ਵੀ ਸੰਸਦ ਦੇ ਵਿੱਚ ਉਠਾਏ ਜਾਣ।